ਕਦੇ ਵੀ ਦੁਪਹਿਰ ਸਮੇਂ ਇਹ ਗਲਤੀ ਨਾ ਕਰੋ ਜੇਰੇ ਤੁਹਾਡੇ ਘਰ ਹੋ ਰਹੀਆਂ ਨੇ ਤਾਂ ਅੱਜ ਤੋਂ ਹੀ ਬੰਦ ਕਰ ਦਿਵੋ ਆਪਾਂ ਜਾਣਦੇ ਹਰ ਚੀਜ਼ ਦਾ ਆਪਣਾ ਪ੍ਰਭਾਵ ਹੁੰਦਾ ਤੇ ਹਰ ਚੀਜ਼ ਦੇ ਆਪਣੇ ਨਿਯਮ ਹੁੰਦੇ ਨੇ ਇਹਨਾਂ ਤੇ ਚੱਲ ਕੇ ਆਪਾਂ ਆਪਣੀ ਕਿਸਮਤ ਚਮਕਾ ਵੀ ਸਕਦੇ ਹਾਂ ਤੇ ਨਾ ਮੰਨ ਕੇ ਗਲਤ راہ ਵੀ ਜਾ ਸਕਦੇ ਹਾਂ ਇਹ ਤਾਂ ਆਪਾਂ ਸਭ ਜਾਣਦੇ ਸਹੀ ਸਮੇਂ ਤੇ ਕੀਤਾ ਸਹੀ ਕੰਮ ਹਮੇਸ਼ਾ ਚੰਗਾ ਮੁੱਲ ਪੈਂਦਾ ਵਾਇਰੂਮ ਮਿਹਰ ਵੀ ਕਰਦੇ ਨੇ ਤੇ ਧਨ ਮਾਇਆ ਦੇ ਭੰਡਾਰ ਵੀ ਪਰਦੇ ਨੇ ਆਪਾਂ ਜਾਣੇ ਅਣਜਾਣੇ ਕਈ ਕੰਮ ਕਰਦੇ ਜਿਸ ਦਾ ਆਪਾਂ ਨਤੀਜਾ ਬਾਅਦ ਵਿੱਚ ਭੁਗਤਣਾ ਪੈਂਦਾ ਜਿਸ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਕੁਝ ਗ੍ਰੰਥਾਂ ਤੇ ਧਰਮਾਂ ਦਾ ਮੰਨਣਾ ਕਿ ਆਪਾਂ ਨੂੰ ਕੁਝ ਕੰਮ ਦੁਪਹਿਰ ਵੇਲੇ ਨਹੀਂ ਕਰਨੇ ਚਾਹੀਦੇ ਉਹ ਕਹਿੰਦੇ ਨੇ ਇਸ ਨਾਲ ਧਨ ਦੀ ਕਮੀ ਆਉਂਦੀ ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਚੰ ਚ ਆਪਾਂ ਨੂੰ ਚੱਲਣੀਆਂ ਪੈ ਸਕਦੀਆਂ ਨੇ ਕਹਿੰਦੇ ਨੇ ਕਿ ਮਨੁੱਖ ਦੇ ਨਾ ਮਾਨ ਸਨਮਾਨ ਵਿੱਚ ਵੀ ਸੱਟ ਵੱਜਦੀ ਹੈ ਤੇ ਮਨੁੱਖ ਦੇ ਚੰਗੇ ਦਿਨ ਕਹਿੰਦੇ ਖਤਮ ਹੋ ਜਾਂਦੇ ਨੇ ਉਹ ਕਹਿੰਦੇ ਨੇ ਦੁਪਹਿਰ ਵੇਲੇ ਇੱਕ ਕੰਮ ਕਦੇ ਨਹੀਂ ਕਰਨੇ ਚਾਹੀਦੇ ਤੇ ਕਈ ਤਰ੍ਹਾਂ ਦੀਆਂ ਹਾਨੀਆਂ ਫਿਰ ਚੁੱਕਣ ਲਈ ਤਿਆਰ ਹੋ ਜਾਓ ਜੇ ਕਰਦੇ ਹੋ ਸਭ ਤੋਂ ਪਹਿਲੀ ਗੱਲ ਕਿਹਾ ਜਾਂਦਾ ਹੈ ਦੁਪਹਿਰ ਦੇ ਸਮੇਂ ਕੀਤੇ ਇਸ਼ਨਾਨ ਨਾਲੋਂ ਕਿਤੇ ਵਧੀਆ ਸਵੇਰੇ ਉੱਠ ਕੇ ਇਸ਼ਨਾਨ ਕਰੋ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਤਾ ਉਹ ਵਾਹਿਗੁਰੂ ਦੀ ਮਿਹਰ ਪ੍ਰਾਪਤ ਕਰਦਾ ਤੇ ਕਿਹਾ ਜਾਂਦਾ ਹੈ ਉਹ ਸਵਾ ਮਣ ਸੋਨਾ দান ਕਰਨ ਦੇ ਬਰਾਬਰ ਦੁਪਹਿਰ ਦੇ ਸਮੇਂ ਕੀਤੇ ਇਸ਼ਨਾਨ ਦਾ ਫਲ ਨਾ ਬੁੱਧੀ ਨੂੰ ਕੁਝ ਪ੍ਰਾਪਤ ਹੁੰਦਾ ਦੁਪਹਿਰ ਵੇਲੇ ਕੀਤਾ ਇਸ਼ਨਾਨ ਵਿਅਰਥ ਦੇ ਬਰਾਬਰ ਫਿਰ ਉਹ ਕਹਿੰਦੇ ਨੇ ਕਦੇ ਵੀ ਦੁਪਹਿਰ ਵੇਲੇ ਸੋਣਾ ਨਹੀਂ ਚਾਹੀਦਾ ਇਸ ਨਾਲ ਘਰ ਗੁਰਬਤ ਆਉਂਦੀ ਐਵੇਂ ਕਰਨ ਨਾਲ ਮਨੁੱਖ ਦੇ ਸੁੱਤਿਆਂ ਸਵਾਸ ਵੱਧ ਖਰਚ ਹੁੰਦੇ ਤਾਪਾਂਛੇ ਛੇਤੀ ਜੋ ਹੈ ਆਪਣੇ ਪ੍ਰਾਣਾ ਤੋਂ ਖੱਤ ਤੋਂ ਬੈਠਦੇ ਇਸ ਲਈ ਉਹ ਸੌਣ ਨੂੰ ਚੰਗਾ ਨਹੀਂ ਸਮਝਦੇ ਫਿਰ ਗੱਲ ਆਉਂਦੀ ਹੈ ਹਮੇਸ਼ਾ ਕੋਸ਼ਿਸ਼ ਕਰੋ 8 ਵਜੇ ਤੱਕ ਘਰ ਦੀ ਸਾਫ ਸਫਾਈ ਕਰ ਲੋ ਦੁਪਹਿਰ ਸਮੇਂ ਕੀਤੀ ਸਾਫ ਸਫਾਈ ਮਨੁੱਖ ਨੂੰ ਆਲਸੀ ਬਣਾਉਂਦੀ ਉਹ ਕਹਿੰਦੇ ਨੇ ਇੱਦਲਿੱਦ ਤੇ ਗੁਰਬਤੀ ਨਿਸ਼ਾਨੀ ਕਿਹਾ ਜਾਂਦਾ ਹੈ ਵੀ ਅੰਮ੍ਰਿਤ ਵੇਲੇ ਹਰ ਪਾਸੇ ਵਾਇਗਰੂ ਦੇ ਨਾਮ ਦੀ ਤਾਕਤ ਹੁੰਦੀ ਹੈ ਇਸ ਸਮੇਂ ਹਰ ਪਾਸੇ ਵਾਇਗਰੂ ਨਾਮ ਹੋਣ ਕਾਰਨ ਸਭ ਚੰਗਾ ਹੀ ਹੁੰਦਾ ਤੇ ਉਦੋਂ ਕਹਿੰਦੇ ਨੇ ਸਵੇਰ ਦਾ ਸਮਾਂ ਛੱਡ ਇਹ ਕੰਮ ਦੁਪਹਿਰ ਵੇਲੇ ਕਰੋਗੇ ਤਾਂ ਫਿਰ ਤੁਹਾਨੂੰ ਜੋ ਸੁੱਖ ਮੰਗਦੇ ਹੋ ਉਹ ਪ੍ਰਾਪਤ ਨਹੀਂ ਹੋਣਗੇ ਝਾੜ ਪੂੰਝ ਹਮੇਸ਼ਾ ਸਵੇਰ ਸਮੇਂ ਕਰੋ ਇਹ ਸਭ ਤੋਂ ਚੰਗਾ ਸਮਾਂ ਕੁਝ ਗ੍ਰੰਥ ਤੇ ਧਰਮ ਇਹ ਵੀ ਮੰਨਦੇ ਨੇ ਕਿ ਦੁਪਹਿਰ ਸਮੇਂ ਕਦੇ ਵੀ ਇਮਲੀ ਦੇ ਰੁੱਖ ਥੱਲੇ ਨਾ ਬੈਠੋ ਇਸ ਸਮੇਂ ਨਕਾਰਾਤਮਕਤਾ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ ఏఓ ਕਮਸਨ ਜੋ ਆਪਾਂ ਨੂੰ ਦੁਪਹਿਰ ਦੇ ਸਮੇਂ ਨਹੀਂ ਕਰਨੇ ਚਾਹੀਦੇ ਇਸ ਤਰ੍ਹਾਂ ਕੁਝ ਕਮ ਐਵੇਂ ਦੇ ਵੀ ਨੇ ਜੋ ਮਨੁੱਖ ਨੂੰ ਰਾਤ ਦੇ ਸਮੇਂ ਕਦੇ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਲੰਮੇ ਸਮੇਂ ਲਈ ਦਰਦਰ ਚੋਲੀ ਪੈ ਜਾਂਦੇ OK ਦਿਨੇ ਸ਼ਾਮ ਤੋਂ ਬਾਅਦ ਕਦੇ ਵੀ ਕਿਸੇ ਨੂੰ ਸੂਈ ਨਾ ਦਵੋ ਇੱਕ ਘਰ ਵਿੱਚ ਕਲੇਸ਼ ਦਾ ਕਾਰਨ ਬਣਦਾ ਤੇ ਘਰ ਦੇ ਲੋਕਾਂ ਵਿੱਚ ਪ੍ਰੇਮ ਪਿਆਰ ਉਹ ਘਟਣਾ ਆਰੰਭ ਹੋ ਜਾਂਦਾ ਉਹ ਕਹਿੰਦੇ ਸ਼ਾਮ ਦੇ ਸਮੇਂ ਕਦੇ ਵੀ ਸ਼ੋਰ ਸ਼ਰਾਬੇ ਤੇ ਰੋਣ ਤੋਂ ਹਮੇਸ਼ਾ ਬਚਣਾ ਚਾਹੀਦਾ ਐਵੇਂ ਹਮੇਸ਼ਾ ਨਾਕਾਰਾਤਮਕਤਾ ਦਾ ਵਾਸਾ ਹੁੰਦੇ ਤੇ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਇਸ ਲਈ ਸ਼ਾਮ ਸਮੇਂ ਘਰ ਦਾ ਮਾਹੌਲ ਖੁਸ਼ ਨਮਾ ਰੱਖੋ ਰਾਤ ਨੂੰ ਸੌਣ ਸਮੇਂ ਉਹ ਗੱਲਾਂ ਹਮੇਸ਼ਾ ਸੋਚੋ ਜੋ ਆਪਾਂ ਕਰਨਾ ਚਾਹੁੰਨੇ ਆਪਾਂ ਜੋ ਸੋਚਦੇ ਆ ਉਹ ਵੀ ਪੂਰਾ ਹੁੰਦਾ ਸੌਣ ਤੋਂ ਪਹਿਲਾਂ ਕਦੇ ਵੀ ਮਾੜਾ ਨਾ ਸੋਚੋ ਸੌਣ ਸਮੇਂ ਹਮੇਸ਼ਾ ਆਪਣਾ ਸਿਰ ਉੱਤਰ ਵੱਲ ਰੱਖੋ ਤੇ ਸਿੱਧਾ ਯਕੱਬੇ ਪਾਸੇ ਸੋਵੋ ਇਸ ਤਰ੍ਹਾਂ ਆਪੇ ਸਰੀਰ ਵਿਸ਼ਵਾਸtreਗਾ ਤੇ ਕਰ ਗੁਰਬਤ ਦੂਰ ਹੋ ਜਾਵੇਗੀ ਇਸ ਲਈ ਦੁਪਹਿਰ ਸਮੇਂ ਕਦੇ ਵੀ ਇਹ ਗਲਤੀਆਂ ਨਾ ਕਰੋ ਸਿੱਖ ਰਸ ਮਰਿਆਦਾ ਵਿੱਚ ਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰੋ ਵਾਹਿਗੁਰੂ ਦਾ ਨਾਮ ਲਵੋ ਮਿਹਨਤ ਤੇ ਕੀਰਤਨ ਪਹਿਲ ਦਵੋ ਨਾਮ ਜਪੋ ਵੰਡ ਛਕੋ ਫਿਰ ਆਪੇ ਪਰਮਾਤਮਾ ਜ਼ਰੂਰ ਸੁਣਨਗੇ